सत श्री अकाल जी। एक नवी वीडियो विच तुहाडा स्वागत है जी। ते किसान वीरो, कणकां जिहड़ियां अगेतियां सी उहनां ने बूटा मारना बंद करता। जो सोचो 90% बूटा वो मार चुकियां, जो 10% बूटा रह गया वा वह भी इन्हां ने एक दो दिनां च वो वाले कण कढ लैणगे। जिहड़ियां कणकां 50 तों 55 दिन दे नेड़ लगन लगियां, ते आपां नूं हुण फिकर पै गई कि आपां दूजा पानी कदों लाइए कणक नूं, ते जिहदे नाल कणक अपनी सही रहे, कणक दा वधिया ग्रोथ रहे, ते रंग भी कणक दा बरकरार रहे। ए सो कणक नूं तां जिहड़ा पहला पानी है उह आपां जे पिछले साल दे मुकाबले गल करिए तां जिहड़ी यूनिवर्सिटी दी रिकमेंड आ उह 70 तों 85 दिन 90 दिन अपनी अपनियां जमीनां दे हिसाब नाल ये रेकमेंड आ कि आपां इत्थे इत्थे करके इन्ने दिनों दे विच पानी ला सकते हैं। जे आपां 70 दिन ते पानी लाया इस बार, ते जिहड़ियां जमीनां ए पानी जिहड़ियां गेतियां जमीनां पानी जिहनां नूं 20 तों 21 दिन दे विच लग गया सी, ते ओह जमीनां पूरियां चिट्टियां पै चुकियां, ते ओह 55 तों 60 दिनों दे विच ही पूरियां चिट्टियां हो गईयां ने। ते सो उहनां दा हुण हल इक पानी है, ते जेकर अपना पानी पहला भी आपां नूं लाने पैंदा आ कोई 70 दिन तों पहला, ते आपां ला दीए जे जमीना अपनी बहुती चिट्टी हो गई आ, जे अपनी उपरली 1/2 इंच तै जिहड़ी उही सुक्की आ, थल्लों जमीन सिल दे विच आ, जे जमीन दा लड्डू वटदे आ तां उह वटोंदा वा, ते फिर आपां इह पानी अजे दूजा ना लाइए। ते जे आपां खादां दी गल करिए, ते खादां आपां ने ਉਹੀ ਕੋਈ ਇਹਦੇ ਤੋਂ ਪਹਿਲਾਂ ਖਾਦ ਪਾਉਣ ਦੀ ਕੋਈ ਲੋੜ ਨਹੀਂ ਹੈ। ਜਿਹੜੀ ਵੀ ਆਪਾਂ ਖਾਦਾਂ 'ਤੇ ਤਕਰੀਬਨ ਤੁਹਾਡੀ ਪੂਰੀਆਂ ਹੋ ਹੀ ਚੁੱਕੀਆਂ ਹੋਣਗੀਆਂ 55 ਤੋਂ 60 ਦਿਨ ਦੇ ਵਿੱਚ, ਅਤੇ ਇਹਦੇ ਤੋਂ ਬਾਅਦ ਆਪਣਾ ਸਪਰੇਆਂ ਦਾ ਦੌਰ ਚੱਲ ਸਕਦਾ ਆ। ਜਿਹੜੇ ਵੀਰ ਸਪਰੇਆਂ ਹਰ ਤੱਤਾਂ ਵਾਲੀਆਂ ਸਪਰੇਆਂ ਕਣਕ ਨੂੰ ਕਰਦੇ ਨੇ, ਅਤੇ ਆਪਾਂ ਤਾਂ ਬਹੁਤ ਘੱਟ ਕਰੀਦਾ ਤੱਤਾਂ ਵਾਲੀਆਂ ਸਪਰੇਆਂ, ਅਤੇ ਜਿਹੜੇ ਵੀਰ ਤੱਤਾਂ ਵਾਲੀਆਂ ਸਪਰੇਆਂ ਕਣਕਾਂ ਨੂੰ ਕਰਦੇ ਨੇ ਉਹ ਹੁਣ ਪਾਣੀ ਲੱਗਣ ਤੋਂ ਬਾਅਦ ਹੀ ਕਰਨੀਆਂ ਸਟਾਰਟ ਹੋਣਗੀਆਂ। ਅਤੇ ਜੇ ਆਪਣੀ ਕਣਕ ਉੱਪਰੋਂ ਪੱਤਾ ਮਰੋੜ ਚੁੱਕੀ ਆ, ਅਤੇ ਜ਼ਮੀਨ ਆਪਣੀ ਚਿੱਟੀ ਪੂਰੀ ਐਨ ਸੁੱਕ ਕੇ ਪਈ ਆ, ਤਾਂ ਆਪਾਂ ਫਿਰ ਪਾਣੀ ਲਾ ਦਈਏ। ਫਿਰ ਆਪਾਂ 60 ਦਿਨ ਤੋਂ ਉੱਪਰ ਹੀ ਕੋਸ਼ਿਸ਼ ਕਰਨੀ ਕਿ ਕਣਕ ਹੋਏ ਆਪਣੀ 60 ਦਿਨਾਂ ਤੋਂ ਉੱਪਰ ਹੀ, ਉਹਦੇ ਤੋਂ ਪਹਿਲਾਂ ਪਾਣੀ ਨਾ ਲਾਈਏ, ਕਿਉਂਕਿ ਇੱਕ ਵਾਰੀ ਫਿਰ ਦੱਬੀ ਜਾਏਗੀ। ਅਤੇ ਜੇ ਟਿੱਲਰ ਅਸਲ ਜਿਹੜਾ ਦੂਜਾ ਪਾਣੀ ਲੱਗਦਾ, ਇਹ ਟਿੱਲਰ ਜਦੋਂ ਕਣਕ ਨੇ ਪੂਰੇ ਮਾਰ ਲਏ ਆ, ਅਤੇ ਫਿਰ ਇਹ ਦੂਜਾ ਪਾਣੀ ਆਪਾਂ ਲਾਈਦਾ ਆ ਕਣਕ ਨੂੰ। ਸੋ ਇਸ ਚੀਜ਼ ਦਾ ਖਿਆਲ ਰੱਖਣਾ ਕਿ ਜੇਕਰ ਆਪਣੀ ਕਣਕ ਪੂਰੀ ਟਿੱਲਰ ਕਰ ਚੁੱਕੀ ਹੈ ਤਾਂ ਆਪਾਂ ਕਣਕ ਨੂੰ ਪਾਣੀ ਲਾ ਦਈਏ ਦੂਜਾ, ਅਤੇ ਜ਼ਮੀਨ ਪਹਿਲੀ ਗੱਲ ਆਪਣੀ ਚਿੱਟੀ ਦੇਖ ਲਿਓ, ਅਤੇ ਇਹਦੇ ਤੋਂ ਪਹਿਲਾਂ ਖਾਦ ਪਾਉਣ ਦੀ ਕੋਈ ਲੋੜ ਨਹੀਂ ਆ, ਅਤੇ ਹੋਰ ਵੀ ਇਹਦੇ ਵਿੱਚ ਕੋਈ ਮਤਲਬ। ਇਸ ਤੋਂ ਬਾਅਦ ਬਸ ਆਪਾਂ ਇਹ ਖਿਆਲ ਰੱਖਣਾ ਕਿ ਇਸ ਤੋਂ ਬਾਅਦ ਛੇਤੀ ਆਪਾਂ ਤੱਤਾਂ ਵਾਲੀਆਂ ਸਪਰੇਆਂ ਕਰ ਦਈਏ ਕਣਕ ਨੂੰ, ਅਤੇ ਜਿਹਦਾ ਆਪਾਂ ਨੂੰ ਹੁਣ ਜਿਹੜੇ ਵੀਰ ਕਰਦੇ ਨੇ। ਅਤੇ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਜੀ, ਧੰਨਵਾਦ ਜੀ। ਆਹ ਦੇਖੋ ਜ਼ਮੀਨ ਆ ਵੀ ਚਿੱਟੀ ਹੋਈ ਪਈ ਆ, ਪਰ ਇਹ ਕਣਕ ਅਜੇ ਪਾਣੀ ਕਿੱਦਾਂ ਲਾ ਦਈਏ ਇਹਨੂੰ, ਇਹ ਕਣਕ ਅਜੇ 40 ਦਿਨਾਂ ਦੀ ਹੋਈ ਆ, ਅਤੇ ਆਪਾਂ ਤੁਹਾਨੂੰ ਦੱਸਿਆ ਸੀ ਕਿ ਇਹਦੇ ਵਿੱਚ 17ਵੇਂ ਦਿਨ ਪਾਣੀ ਲਾ ਦਿੱਤਾ ਸੀ ਕਣਕ ਨੂੰ, ਅਤੇ ਕਣਕ ਅਜੇ ਖੇਤ ਪੂਰਾ ਐਨ ਚਿੱਟਾ ਹੋ ਗਿਆ, ਪਰ ਇਹਨੂੰ ਆਪਾਂ ਹੁਣ ਪਾਣੀ ਨਹੀਂ ਲਾ ਸਕਦੇ। ਪਾਣੀ ਇਹਨੂੰ ਹੁਣ ਪੱਤਾ ਮਰੋੜਨ ਤੋਂ ਬਾਅਦ ਹੀ ਲਗਾਇਆ ਜਾਏਗਾ, ਅਤੇ ਕਣਕਾਂ ਦੇ ਬੂਟਾ ਘੱਟ ਮਾਰਨ ਦੀ ਬਹੁਤ ਸ਼ਿਕਾਇਤ ਹੈ ਇਸ ਵਾਰ, ਅਤੇ ਉਹਦਾ ਹੱਲ ਹੁਣ ਤੁਹਾਨੂੰ ਇਹ ਵੀਡੀਓ ਇਸ ਤੋਂ ਬਾਅਦ ਜਾਂ ਇਹਦੇ ਤੋਂ ਪਹਿਲਾਂ ਅਪਲੋਡ ਜਿਹੜੀ ਕੀਤੀ ਹੋਏਗੀ ਉਹਦੇ 'ਚ ਜਾਣਕਾਰੀ ਦਿੱਤੀ ਹੋਏਗੀ। ਸੋ ਧੰਨਵਾਦ ਜੀ, ਜਾਣਕਾਰੀ ਚੰਗੀ ਲੱਗੀ ਤਾਂ। ਪਾਣੀ ਆਪਾਂ ਨੇ ਕਣਕ ਨੂੰ ਪੂਰਾ ਬੂਟਾ ਮਾਰਨ ਤੋਂ ਬਾਅਦ ਹੀ ਲਾਉਣਾ ਜੀ। ਧੰਨਵਾਦ ਜੀ।